यस बेटे स्टूडेंट्स, अपां अंक संघ कहानी तकरीबन कंप्लीट कर ली है। सिर्फ एक लास्ट पेज रहिंदा, उहदे अकॉर्डिंगली एक्स्ट्रा क्वेश्चंस नोट करो पहले, और बैक एक्सरसाइज जिहड़े क्वेश्चंस डिस्कस कर ले है वह तुसीं अपनी फेयर नोटबुक ते कंप्लीट कर लेना। तुहाडी इह सेल्फ फ्रेमिंग है, अच्छी तरह कहानी नूं आप रीड करो जदों भी तुहानूं टाइम मिले, क्योंकि थोड़ी जिही लंबी कहानी है। अंक संघ शब्द वरत्या कहानी के मुख पात्र करतार लई। ਉਹਨਾਂ ਨੂੰ ਲੱਗਦਾ ਹੈ ਕਿ ਉਹਦੇ ਜਾਣ ਤੋਂ ਬਾਅਦ ਵੀ ਉਹ ਅੰਗ ਸੰਗ ਪ੍ਰਤੀਤ ਹੁੰਦਾ, ਪਰ ਉਹ ਅੰਗ ਸੰਗ ਰੱਖਣਾ ਨਹੀਂ ਚਾਹੁੰਦੇ। ਉਹ ਕਹਿੰਦੇ ਜੇ ਇਹਨੂੰ ਹੁਣ ਅੰਗ ਸੰਗ ਰੱਖਿਆ, ਜੇ ਅਸੀਂ ਇਹਦੇ ਬਾਰੇ ਸੋਚਦੇ ਰਹੇ ਕਿ ਜੇ ਸਾਡੇ ਹੋਰ ਥੋੜਾ ਸਮਾਂ ਅੰਗ ਸੰਗ ਰਹਿੰਦਾ ਤਾਂ ਜੋ ਕੁਛ ਸਾਡੇ ਕੋਲ ਬਚਿਆ ਉਹ ਵੀ ਨਹੀਂ ਸੀ ਰਹਿਣਾ, ਕਿਉਂਕਿ ਇੱਕ ਘਰ ਦੇ ਮੁਖੀ ਕਰਕੇ ਕਿੰਨੀਆਂ ਆਰਥਿਕ ਪਰੇਸ਼ਾਨੀਆਂ ਉਸ ਪਰਿਵਾਰ ਨੂੰ ਆਈਆਂ, ਕਿੰਨੀਆਂ ਉਲਝਣਾਂ ਪੈਦਾ ਹੋਈਆਂ, ਔਰ ਪੂਰੀ ਜ਼ਿੰਮੇਵਾਰੀ ਵੱਡੇ ਪੁੱਤਰ ਅਮਰੀਕ 'ਤੇ ਆ ਗਈ ਹੈ। ਅਮਰੀਕ ਜਿਸਨੇ ਕਿ ਬਚਪਨ ਵਿੱਚ ਆਪਣੇ ਇੱਕ ਸਿਆਣੇ ਪਿਤਾ ਦੀ ਕਲਪਨਾ ਕੀਤੀ ਸੀ ਕਿ ਉਸਦਾ ਪਿਤਾ ਇੱਕ ਸੂਝਬੂਝ ਵਾਲਾ ਸਿਆਣਾ ਢੋਲੀ ਦਾੜੀ ਵਾਲਾ ਹੋਣਾ ਚਾਹੀਦਾ, ਪਰ ਉਸਦਾ ਪਿਤਾ ਕਿਉਂ ਨਹੀਂ ਅਜਿਹਾ ਸੀ, ਇਸ ਬਾਰੇ ਸੋਚ ਕੇ ਪਰੇਸ਼ਾਨ ਵੀ ਹੁੰਦਾ। ਫਿਰ ਉਸਨੇ ਉਹ ਸਮਾਂ ਦੇਖਿਆ ਜਦੋਂ ਉਸਦਾ ਪਿਤਾ ਆਪਣੇ ਪਿਤਾ ਦੇ ਸਿਰ 'ਤੇ ਐਸ਼ ਕਰਦਾ ਰਿਹਾ, ਬਾਹਰੋਂ ਕਮਾਈ ਆਉਂਦੀ ਰਹੀ, ਇਹ ਗੁਲਸ਼ਰੇ ਉਡਾਉਂਦਾ ਰਿਹਾ, ਢਾਣੀਆਂ 'ਚ ਘੁੰਮਦਾ ਰਿਹਾ, ਚਿੱਟੇ ਕੱਪੜੇ ਪਾ ਕੇ ਠਾਠ ਬਾਠ ਦੇ ਨਾਲ, ਨਾ ਇਹਨੇ ਵਾਹੀ ਵੱਲ ਧਿਆਨ ਦਿੱਤਾ, ਨਾ ਬੱਚਿਆਂ ਦੀ ਜ਼ਿੰਦਗੀ ਵੱਲ ਧਿਆਨ ਦਿੱਤਾ। ਹਾਂ, ਪਰ ਵੱਡਾ ਪੁੱਤਰ ਜਿਹੜਾ ਅਮਰੀਕ ਸੀ ਉਹ ਆਪ ਹੀ ਪੜ੍ਹ ਲਿਖ ਕੇ ਇੱਕ ਸਿਆਣਾ ਬੱਚਾ ਨਿਕਲਿਆ ਜੋ ਕਿ ਸਰਕਾਰੀ ਮੁਲਾਜ਼ਮ ਹੈ, ਅਤੇ ਸਰਕਾਰੀ ਮੁਲਾਜ਼ਮ ਹੁੰਦੇ ਹੋਏ ਉਹ ਆਪਣੀ ਅੱਧੀ ਤਨਖਾਹ ਆਪਣੀ ਮਾਂ ਦੇ ਹੱਥ ਵਿੱਚ ਰੱਖਦਾ ਹੈ। ਪਿਤਾ ਨੂੰ ਇਸ ਗੱਲ ਦਾ ਵੀ ਗੁੱਸਾ ਹੈ ਕਿ ਉਹ ਮੈਨੂੰ ਕਿਉਂ ਨਹੀਂ ਦਿੰਦਾ, ਪਰ ਉਸਦਾ ਵਿਚਾਰ ਕੀ ਹੈ ਕਿ ਜੇ ਮੈਂ ਪਿਤਾ ਨੂੰ ਦਿੱਤੀ ਇਹਨੇ ਤਾਂ ਇਹ ਵੀ ਅਜਾਈ ਹੀ ਗੁਆ ਦੇਣੀ ਹੈ, ਜਿਵੇਂ ਕਿ ਇਹ ਆਪਣੇ ਪਿਤਾ ਦੀ ਕਮਾਈ ਗੁਆ ਦਿੰਦਾ। ਇਸੇ ਦੌਰਾਨ ਹੀ ਜਿਹੜੇ ਅਮਰੀਕ ਦੇ ਦਾਦਾ ਜੀ ਚੱਲ ਵਸੇ, ਜਿਨ੍ਹਾਂ ਨੇ ਬੜੀ ਮਿਹਨਤ ਕਰਕੇ ਜਿਹੜੀ ਗਹਿਣੇ ਪਈ ਜ਼ਮੀਨ ਸੀ ਉਹ ਛੁਡਵਾਈ ਸੀ। ਦੋ ਚਾਰ ਸਾਲ ਬਾਅਦ ਗੇੜਾ ਮਾਰਦੇ ਸਨ ਪਿੰਡ, ਅਤੇ ਉਹ ਗਹਿਣੇ ਪਈ ਜ਼ਮੀਨ ਛੁਡਵਾ ਲਈ ਸੀ। ਪਰ ਕਰਤਾਰ ਹੈ ਜਿਹੜਾ ਉਹ ਸਿਆਣਾ ਨਹੀਂ ਨਿਕਲਿਆ, ਭਾਵੇਂ ਕਰਤਾਰ ਦੇ ਉੱਪਰ ਵੀ ਜ਼ਿੰਮੇਵਾਰੀ ਪਈ ਸੀ ਪਿਤਾ ਦੇ ਜਾਣ ਤੋਂ ਬਾਅਦ, ਕਿਉਂਕਿ ਬਾਹਰੋਂ ਆਉਣੀ ਕਮਾਈ ਬੰਦ ਹੋ ਗਈ ਅਤੇ ਉਹਨੂੰ ਕਰਤਾਰ ਨੂੰ ਵਾਹੀ ਕਰਨੀ ਪਈ, ਕਿਉਂਕਿ ਆਪਣੀਆਂ ਕੁੜੀਆਂ ਵੀ ਵਿਆਹਣੀਆਂ, ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਵਿੱਚ ਵੀ ਨਾਨਕੀ ਛੱਕ ਵੀ ਦੇਣੀ ਹੈ। ਇੱਕੋ ਇੱਕ ਭਰਾ ਹੈ ਅਤੇ ਅਮਰੀਕ ਦੀਆਂ ਭੂਆ ਦੀਆਂ ਦੋ ਕੁੜੀਆਂ ਵੀ ਵਿਆਹਣੀਆਂ, ਉੱਥੇ ਪੈਸੇ ਖਰਚ ਹੋਣੇ ਆ, ਬਣ ਠਣ ਕੇ ਆਉਣ ਲਈ ਕਿਹਾ ਗਿਆ ਭਰਾ ਨੂੰ, ਉਹਦੇ ਲਈ ਉਹਨੇ 2 ਕਿੱਲੇ ਪਹਿਲੀ ਗਹਿਣੇ ਧਰ ਦਿੱਤੇ। ਕਿਹਦੇ ਲਈ? ਆਪਣੀ ਭੈਣ ਦੀਆਂ ਕੁੜੀਆਂ ਦੇ ਵਿਆਹ ਲਏ। ਇਹ ਸਭ ਕੁਛ ਅਮਰੀਕ ਨੂੰ ਆਪਣੇ ਪਿਤਾ ਦੇ ਜਾਣ ਤੋਂ ਬਾਅਦ ਯਾਦ ਆਉਂਦਾ ਕਿ ਉਸਦੇ ਪਿਤਾ ਨੇ ਕਿਹੜੇ ਕਿਹੜੇ ਕਰਜ਼ੇ ਚੁੱਕੇ ਹੋਏ ਸਨ, ਕਿੰਨੀ ਜ਼ਮੀਨ ਗਹਿਣੇ ਪਾਈ ਹੋਈ ਸੀ, ਅਤੇ ਇਹ ਕਰਜ਼ੇ ਕਿਵੇਂ ਉਤਰਨੇ ਨੇ। ਇਹ ਸੋਚ ਸੋਚ ਕੇ ਅਮਰੀਕ ਬਹੁਤ ਪਰੇਸ਼ਾਨ ਹੁੰਦਾ, ਕਿਉਂਕਿ ਉਸਦੇ ਅੱਗੇ ਜ਼ਿੰਮੇਵਾਰੀ ਇਹ ਵੀ ਹੈ ਕਿ ਜਿਹੜੀ ਛੋਟੀ ਭੈਣ ਹੈ ਉਹ ਜਦੋਂ ਪਿਤਾ ਚੱਲ ਵਸਿਆ 7ਵੀਂ ਜਮਾਤ 'ਚ ਪੜ੍ਹਦੀ ਹੈ, ਉਹਨੂੰ ਪੜ੍ਹਾਉਣਾ ਲਿਖਾਉਣਾ ਵੀ ਹੈ, ਉਹਦਾ ਵਿਆਹ ਵੀ ਕਰਨਾ, ਛੋਟੇ ਮਹਿੰਦਰ ਨੂੰ ਵੀ ਸੈਟਲ ਕਰਨਾ, ਫਿਰ ਜਿਹੜੀਆਂ ਕੁੜੀਆਂ ਵਿਆਹੀਆਂ ਹੋਈਆਂ ਉਹਨਾਂ ਦੇ ਦੁੱਖ ਸੁੱਖ ਵਿੱਚ ਵੀ ਜਾਣਾ ਆਉਣਾ, ਨਹੀਂ ਤਾਂ ਲੋਕ ਕੀ ਕਹਿਣਗੇ, ਸਮਾਜ ਕੀ ਕਹੇਗਾ। ਜੇ ਮਾਂ ਨੇ ਦੁੱਖ ਸੁੱਖ ਵਿੱਚ ਵੀ ਮਾਂ ਨੂੰ ਵੀ ਸਾਥ ਨਾ ਦਿੱਤਾ ਤੇ ਜਿਹੜੀਆਂ ਗਲੀ ਮੁਹੱਲੇ ਦੀਆਂ ਔਰਤਾਂ ਨੇ ਉਹ ਵੀ ਗੱਲਾਂ ਬਣਾਉਣਗੀਆਂ ਕਿ ਤੂੰ ਤਾਂ ਆਪਣੇ ਪਤੀ ਦੇ ਸਿਰ ਤੇ ਬੜਾ ਰਾਜ ਕਰਦੀ ਰਹੀ ਹੈ, ਭਾਵੇਂ ਉਹ ਰਾਜ ਨਹੀਂ ਕਰਦੀ ਰਹੀ, ਕੋਈ ਸਰਦਾਰੀ ਨਹੀਂ ਮਾਨੀ, ਕਿਉਂਕਿ ਉਸਦਾ ਪਤੀ ਤਾਂ ਸ਼ਰਾਬੀ ਸੀ ਕਰਤਾਰ। ਜਗੀਰ ਕੌਰ ਤਾਂ ਬੜੀ ਦੁਖੀ ਹੋ ਕੇ ਡੁੱਬ ਕੇ ਮਰਨ ਲਈ ਤਾਂ ਗੱਲ ਕਰਦੀ ਹੈ ਕਿ ਮੈਂ ਹਰੀਕੇ 'ਚ ਡੁੱਬ ਮਰ ਜਾਣਾ, ਪਰ ਡੁੱਬ ਨਹੀਂ ਮਰ ਸਕੀ, ਡੁੱਬ ਕੇ ਮਰ ਨਹੀਂ ਸਕੀ, ਕਿਉਂਕਿ ਬੱਚੇ ਹੈ, ਉਹਨੂੰ ਕੁੜੀਆਂ ਦਾ ਖਿਆਲ ਆਉਂਦਾ, ਆਪਣੇ ਪੁੱਤਰਾਂ ਦਾ ਖਿਆਲ ਆਉਂਦਾ। ਹਾਂ, ਘਰ ਵਿੱਚ ਹੀ ਗੋਤੇ ਖਾਂਦੀ ਫਿਰਦੀ ਵਿਚਾਰੀ, ਦੁਖੀ ਹੋਈ, ਕਿਹਦੇ ਤੋਂ ਦੁਖੀ ਹੋਈ, ਆਪਣੇ ਪਤੀ ਤੋਂ। ਇਹ ਸਭ ਕੁਛ ਅਮਰੀਕ ਨੂੰ ਯਾਦ ਆਉਂਦਾ। ਹੁਣ ਜਦੋਂ ਅਮਰੀਕ ਚੱਲ ਵਸਿਆ, ਫਿਰ ਗੱਲ ਕੀਤੀ ਉਸਦੀ ਜਿਹੜੀ ਦਾਦੀ ਹੈ ਨਾ, ਕਿਰਨੇ ਪਾਉਂਦੀ ਹੈ ਕਿ ਮੇਰਾ ਚਿੰਦਾ ਪੁੱਤ ਕਿੱਥੇ ਚਲਾ ਗਿਆ, ਜਵਾਨੀ ਵਿੱਚ ਹੀ ਚਲਾ ਗਿਆ। ਦਾਦੀ ਕਿਰਨੇ ਪਾਉਂਦੀ ਕਰਤਾਰ ਦੇ ਜਾਣ ਤੇ, ਤੇ ਜਿਹੜੀਆਂ ਕੁੜੀਆਂ ਕੋਲ ਆਈਆਂ ਹੋਈਆਂ ਨਾ, ਵਿਆਹੀਆਂ ਹੋਈਆਂ, ਉਹ ਵੀ ਸਿਸਕੀਆਂ ਭਰ ਭਰ ਕੇ ਰੋਂਦੀਆਂ ਨੇ ਕਿ ਸਾਡੇ ਹੁਣ ਚਾਹ ਕੌਣ ਪੂਰੇ ਕਰੂਗਾ। ਮੀਨਸ ਭਾਵੇਂ ਉਹ ਕਰਤਾਰ ਸ਼ਰਾਬੀ ਸੀ, ਪਰ ਆਪਣੀਆਂ ਬੇਟੀਆਂ ਦੇ ਚਾਹ ਪੂਰੇ ਕਰਦਾ ਸੀ। ਇੱਥੋਂ ਤੱਕ ਮੈਨੂੰ ਲੱਗਦਾ ਸ਼ਾਇਦ ਆਪਾਂ ਕਹਾਣੀ ਪੜ੍ਹੀ ਹੈ ਬੇਟੇ, ਹੈ ਨਾ ਬੱਚੇ, ਇੱਥੋਂ ਤੱਕ ਪੜ੍ਹ ਲਈ ਸੀ ਕਹਾਣੀ। ਇਹਦੇ ਅਕੋਰਡਿੰਗ ਕੁਐਸਚਨਸ ਨੋਟ ਕਰੋ,
बैक एक्सरसाइज क्वेश्चन भी ते एक्स्ट्रा क्वेश्चन भी। यस बेटे, बैक एक्सरसाइज क्वेश्चन ते एक्स्ट्रा क्वेश्चंस। इस कहानी विच जे केड़ी घटना वापरी जिस कारण के वातावरण बड़ा गमगीन बनिया, वातावरण हनेरे वातावरण वाला वातावरण बनिया होया। ये अपना क्वेश्चन आंसर डिस्कस कर ले हुए है कि घर का मुखी करतार चला गया, घर के मुखी के जान करके घर विच हनेरे वर्गी चुप छाई हुई है, सारे पासे उदासी छाई हुई है। क्यों छाई है? क्योंकि घर का मुखी नशियां के कारण अचानक ही मौत के मुँह च चला गया। तो हुण छोटी उम्र च अमरीक दे सिते जिम्मेवारी पै गई है, तो सारा परिवार सोचता है कि जिम्मेवारियां किवें निभानियां, तो अजे भी उन्होंने प्रतीत हुंदा है कि वह साढ़े अंग संग ही है। अगला क्वेश्चन आपां डिस्कस किया, सोसाइटी के इंस्पैक्टर ने अमरीक सिंह नूं किस गल की रियायत की, ये आपां ऑलरेडी डिस्कस कर चुके। कौन दसेगा आंसर? अखिलेश। यस बेटे, आंसर बोलो। सोसाइटी का इंस्पैक्टर आया अठवें दिन, उन्हें होली उन्हें की दसिया कि इन्हें किन्ना कर्जा लिया होया, कादे लिए कर्जा लिया? पलक। यस बेटे, पलक। आंसर बोलो राघव। इहदा मतलब तुसीं चैप्टर नूं ध्यान नाल सुनिया ने कि सोसाइटी का इंस्पैक्टर करतार दे जान तो बाद, मर जान तो बाद अठवें दिन आया घर। उन्हें अफसोस भी किया, तो नाल ही की दसिया कि करतार ने 1650 रुपए खाद लई कर्जा लिया सी, तो यकमुश्त जमा करवाने हैं। पर जदों अमरीक ने अपना मौके की गल की कि मौका तो देखा जाए कि दुख की घड़ी है, तो उन्हें रियायत की है उहदे नाल एक सरकारी मुलाजम होने के नाते कि वह दो किश्तों के विच इह रकम चुकता करे, 15 दिन की मोहलत दे दी। अगला क्वेश्चन आपां डिस्कस किया कि करतार सिंह दे छोटी उम्र च दुनिया तो तुर जाने का कारण की सी। ये तो तुहानू आंदा होना, छोटी उम्र मीनस किन्नी उम्र च तुर गया? तृप्ति। की होएगा बेटे आंसर? छोटी उम्र मीनस किन्नी उम्र च तुरिया? राघव बोलो बेटे आंसर। हाँ बच्चे, ये तो ईजी ने, कहानी अच्छी तरह रीड की हुई है बेटे, और तुम अच्छे लिसनर बन के सुनी है कहानी। एक करतार ते अमरीक दे द्वारे तो घूमती है सारी कहानी। हाँ जी अंशिका बोलो बेटे आंसर। 45 साल की उम्र। यस, किस कारण? कारण की बनिया बेटे? हद तो ज्यादा शराब पीन कारण ते होर नशे करन। यस, हद तो ज्यादा शराब पीना उसका मुख्य कारण बनिया, इस दे नाल अफीम खाना, ठीक है, सिगरट पीनी, नसवार चढ़ाउणी, बीड़ा लाउणा, नशियां दी जेही वरतों ने हद तो वध कर ली कि वह मौत दे मुँह चला गया। किन्नी उम्र विच? छोटी उम्र, 45 साल की उम्र। नेक्स्ट क्वेश्चन आपां डिस्कस किया कि बचपन विच अमरीक क्यों जी बाप की कल्पना करता है, तो क्यों जदों उसका पिता चला गया ना, वह सोचता है कि मैं बचपन विच अपने पिता की क्यों जी पिता की कल्पना की सी, ते लोग की कहिंदे सन? यस बेटे, इस क्वेश्चन का आंसर कौन बोलेगा? ऑलरेडी आपां डिस्कस कर लिया, ये तो हम रिवाइज भी कर रहे हैं। यस भूमिका। हाँ जी बोलो बेटे भूमिका। मैम अमरीक सोचता सी कि उसका पिता चिट्टी दाढ़ी वाला अते समझदार गल्ला करन वाला होना चाहिए, जिवे कि जदो दोवें जाने नाल चलते सन ता इंज लगता सी कि अमरीक का प्यो उसका वड्डा भरा है। Yes, जदों अपने पिता दे नाल चलदा सी ना बचपन दा उहनूं समां याद आउंदा कि जदों अपने पिता दे नाल चलदा ते लोग कहिंदे सन इह वड्डा छोटा भरा च आ रहे ने, पर उसनूं चंगा नहीं सी लगदा। उह सोचदा सी कि उसदा पिता तां इक सियाणा समझदार हसदा खेडदा उस दे नाल चंगी सूझ बूझ वाला होना चाहीदा, पर उह इस तरां दा क्यों है? इस तरां दा मीनस क्यों है? मीनस क्यों इदां दे ढाणियां विच क्यों फिरदा है, अपना चिट्टे कपड़े पाके ठाठ पाठ वाला जीवन क्यों बिता रहा है? वो ये सोच सोच के भी परेशान होंदा। वो सोचता सी कि उसका पिता वो समा आ जाए कि उसका पिता मैनू चिट्टी दाढ़ी वाला अपना पिता नजर आए, धोली दाढ़ी रखता नजर आए। हाँ ये अलग गल है कि उसका पिता थोड़े समय विच ही बुढ़ा हो गया नशियां दे कारण, ये नशियां दे कारण उन्हें अपने बुढ़ा पिता की कल्पना नहीं सी कीती, उन्हें तो सूझ बूझ पिता की कल्पना की सी। नेक्स्ट क्वेश्चन इज
नेक्स्ट है बेटे, नेक्स्ट क्वेश्चन है, अमरीक दे दादे ने गहने पई पहली किवें नू छुड़ाया सी, गहने पई पहली नू किवें छुड़ाया अमरीक दे दादे ने। यस, दादा जो कि सिंगापुर विच कमाई करन लई गया है, बहुत मेहनती किसान है, वो थोड़ा समा पिंड रहा, उसने बहुत सारी जमीन गहने पाई है क्योंकि उन्हें भी अपने बच्चियां दे व्याह करने सन, बच्चियां नू सेट करना सी। हाँ, भावें ये जड़ा अमरी जड़ा करतार है वह चंगा पुत्र नहीं निकलिया, फिर वह बाहर चला गया सिंगापुर, उत्थे उन्हें खूब मेहनत की, खूब कमाई की, दो चार साल बाद गेड़ा मारता तो जड़ी जिनी जमीन गहने पे से उन्हें हौली हौली करके छुड़वा ली। अगला क्वेश्चन आप डिस्कस किया, करतार सिंह अपनी भैन दुड़िया के विह की चिट्ठी आने क्यों खिजिया खिजिया रहा, ये आप ऑलरेडी डिस्कस किया कि फिर भैन दुड़िया का विह आया, मीनस अमरीक दुआ दुड़िया का विह आया, भरा बन ठन के आने लिया, वो पैसे का प्रबंध होना जरूरी सी, फिर की किया पहला तो खिजिया खिजिया रहा, पर हूँ जाना भी जरूरी है, भैन दुड़िया के विह तो नजिठने हैं ना, फिर की किया उन्हें दो किले जमीन गहने धर दी अपन भैन दुड़िया के विह लीन्स अमरीक दुआ दुड़िया के विह से, उन्हें विह के कारण नजिठे आ, उस समय उन्हें अपनी पत्नी के कोलों जगीर कोलों टूमा भी मंगिया, पर उन्हें इनकार कर दिता कि अगे तो सारा कुछ खा लिया, हूँ टूमा से भी तेरी नजर है, जिस करके उन्हें उसनों बुरी तरह कुटिया से थापी ना, अजिहा सब कुछ अमरीक ने देखा सी, जो दुखी होके मर जाने लिए भी तैयार हो गई सी कि हर के दरिया में मैं मर डुब के मर जाना, पर विह के कारज नजिठे गए सन। फिर एक समा आया अपनिया कुड़िया के विह करने ने, फिर भी उन्हें दो ढाई किले जमीन गहने धरी, कुड़िया के विह औखे सौखे होके करके गया, पहला कुड़ी का विह टुट गया रिश्ता, ये आप क्लास च पढ़िया सी लास्ट वीक, जिहड़ी अपनी लास्ट क्लास सी कि उन्हें उसकी कुड़ी वड्डी बंसो का विह साख भी इस करके टुट गया कि पिता अमली है, फिर कितने जाके बाद दोनों कुड़िया के विह उन्हें नजिठे सन, वह भी दो ढाई किले पहली गहने रख के, ये आप रीड किया, पौना किला तो पिछले साल गहने कर दिता सी, जगीर कौर ने शब्द कदों कहे, ये आप रीड करना है कि पौना किला जमीन का भी पता चलता, महिंदर बाद भी दसा कि पौना किला होर जमीन जिदे ते जिहड़ा करतार दा वड्डा पुत्र अमरीक है जो अपनी हुण नौकरी ते चलिया है, कदों जदों दुख की घड़ी दे विच सारे रिश्तेदार चले गए हैं, उन्हें हौसला दे गए है, सेकेंड लास्ट पेज हौसला दे गया है भी अमरीक सिंह हुण तां सारी जिम्मेवारी तेरी है, खिज के कर लै, हस के कर लै, सारा कुछ तू ही करना है। हुण अमरीक सिंह सोचता है कि मैं माँ का भी ख्याल रखना है, अपनिया भैनों के भी कारज जड़े रेंदे ने वो पूरे करने, अपनी छोटी भैन का भी महिंदर नूं भी सैट करना, ठीक है। अमरीक सिंह अंदरों अंदर ही दुखी होया होया, पर यह सारिया जिम्मेवारियां किवें निभाउणियां, फिर उन्हें पता चलता है, जान लग्या की कहिंदा है, पैरा देखो, सवेरे उन्हें नौकरी से तुर जाना सी, छोटे भरा महिंदर नूं उन्हें गल कीती कि महिंदरा हुण तों तकड़ा होके काम ते पै जा, क्योंकि वह साऊ नहीं सी, वह काम नहीं सी करता, वह की करता सी, हजारे टूंडे के कोठे ते चढ़ के कबूतरां दे उड़दे कबूतरां नूं वेखदा वेला फिरदा सी, उन्हें कहा भी हुण इदां नहीं चलना, ते जिहड़ी जित्ते होरां कोल साडी पहली गहने है ना, ते उहदे नाल बचदी जिहड़ी पौना किला जमीन उत्थे तूं पट्ठे बीज लै, ते नाल ही आपां झोना भी बीज लवांगे। इत्थे एक उलझन होर खुलदी है, महिंदर चुप रहा ते हौली हौली पता चलदा है कौन बोली, जगीर कौर ने कहा वह पौना किला तां पिछले साल गहने कर दिता सी, कादे लई कर दिता सी, आ तेरी भैन की सस का इकट्ठ सी ना, मीनस भैन की सस पूरी होई सी, उत्थे पैसे चाहीदे सी, इह वी इक अंदरों उलझन खुली कि यह भी खिज खिजाण वाली गल की ना अमरीक नूं, पर अमरीक दे हुण खिजण दा की फायदा सी, इह तां सब कुछ हो चुका सी, उहनूं अपनी माँ ते भी कई बार खिज आउंदी है कि माँ ने मेरे कोल सारा कुछ क्यों लुको गया, फिर उहनूं अपने आप ते भी खिज आउंदी है कि मैं घर वल ध्यान क्यों नहीं दिता, मैं अपनी नौकरी च क्यों बिजी रहा इन्ना, उन्होंने ख्याल आंदा है कि इन्नी पहली पहला गहने पई हुई है, दो ढाई किले पहली पहला जमीन गहने पई है कुड़िया के विह लई, फिर खाद के भी पैसे देने ने, फिर हुण उपरों यह भी पता लग गया पौना किले जमीन जिहदे ते सानू आस सी, हुण करांगे तां की करांगे, अमरीक नूं अंदरों अंदरी ना वट जिहा चढ़दा है, पर गल की करे,
ਉਹਨੂੰ ਇਹ ਵੀ ਦੁੱਖ ਹੁੰਦਾ ਕਿ ਮਾਂ ਮੇਰੇ ਤੋਂ ਲੁਕਾਉਂਦੀ ਕਿਉਂ ਰਹੀ। ਹੁਣ ਲਾਸਟ ਪੇਜ ਤੇ ਆਉਂਦਾ ਇੰਨੇ ਨੂੰ ਮੱਖਣ ਸਿਉਂ ਆਉਂਦਾ ਇੱਕ ਪਰਨੋਟ, ਪਰਨੋਟ ਮੀਨ ਸਰਕਾਰੀ ਕਾਗਜ਼ ਲੈ ਕੇ। ਭਾਈ ਇਹਨੇ ਤਾਂ ਉਸ ਤੋਂ ਵੀ 500 ਰੁਪਇਆ ਵਿਆਜੀ ਫੜਿਆ ਹੋਇਆ ਹੈ। ਇਹ ਵੀ ਗੱਲ ਖੁੱਲਦੀ ਹੈ। ਮੈਨੂੰ ਆਉਂਦਾ ਸੀ ਤੇਰੇ ਭਰਾ ਨਾਲ 17ਵੀਂ ਤੋਂ ਪਿੱਛੋਂ ਹੀ ਗੱਲ ਕਰੂੰ। ਤੇਰੇ ਭਰਾ ਨਾਲ ਮੀਨਸ ਮੱਖਣ ਸਿਉਂ, ਕਹਿੰਦਾ ਸੀ 17ਵਾਂ ਹੋ ਜਾਏਗਾ ਨਾ, ਪਿਤਾ ਦੀ ਮੌਤ ਹੋਇਆ 17 ਦਿਨ ਹੋ ਜਾਣਗੇ, ਮੈਂ ਉਸ ਤੋਂ ਭਰਾ ਤੋਂ ਪੈਸੇ ਮੰਗਾਂਗਾ। ਅਮਰੀਕ ਸਿੰਘ ਨੂੰ ਮਹਿੰਦਰ ਦੇ ਰਾਹੀਂ ਇਹ ਵੀ ਗੱਲ ਪਤਾ ਚੱਲਦੀ ਕਿ ਪਿਤਾ ਨੇ 500 ਰੁਪਇਆ ਇਹਦੇ ਤੋਂ ਵੀ ਲਿਆ। ਇਹ ਇੱਕ ਹੋਰ ਭੇਦ ਖੁੱਲਿਆ। ਇਹਦੇ ਨਾਲ ਤਾਂ ਅਮਰੀਕ ਸਿੰਘ ਲੱਗਿਆ ਕਿ ਇਹ ਸਭ ਕੁਛ ਹੋ ਕੀ ਰਿਹਾ। ਗੁੱਸੇ ਨਾਲ ਭਰ ਗਿਆ ਹੌਲੀ ਹੌਲੀ ਮੱਥੇ ਤੇ, ਉਹਦੇ ਤੇ ਗੁੱਸਾ ਇੰਨਾ ਕੁ ਚੜ ਜਾਂਦਾ। ਫਿਰ ਇੱਕਦਮ ਸ਼ਾਂਤ ਹੋ ਕੇ ਕਹਿੰਦਾ, ਹੱਸ ਕੇ ਆਪਣੇ ਆਪ ਨੂੰ ਸਮਝਾਉਂਦਾ, ਉਹ ਬਾਬਾ ਇੱਕੋ ਵਾਰੀ ਦੱਸ ਦਿਓ ਸਾਰੇ ਘਰਦਿਆਂ ਨੂੰ। ਕਹਿੰਦਾ, ਬਾਰ ਬਾਰ ਕਿਉਂ ਮੈਨੂੰ ਤੰਗ ਕਰ ਰਹੇ ਹੋ ਕਿ ਕਿਹਦਾ ਕਿਹਦਾ ਮੇਰੇ ਪਿਤਾ ਨੇ ਦੇਣਾ, ਹੌਲੀ ਹੌਲੀ ਕਿਉਂ ਲੱਗੇ ਹੋਏ ਹੋ। ਆਪ ਹੀ ਬੋਲਿਆ, ਨਾਲੇ ਘਰ ਗਵਾਇਆ ਨਾਲੇ ਭੜੂਆ ਖਵਾਇਆ। ਕਹਿੰਦਾ, ਨਾਲੇ ਤਾਂ ਘਰ ਗਵਾ ਲਿਆ, ਪਿਤਾ ਵੀ ਚਲ ਗਿਆ, ਭੜੂਆ ਮੀਨਸ ਮੂਰਖ ਖਵਾਇਆ, ਸਭ ਕੁਝ ਤਾਂ ਖਾਲੀ ਕਰ ਗਿਆ ਪਿਤਾ। ਭੜੂਆ ਦਾ ਮਤਲਬ ਹੁੰਦਾ ਅਨਪੜ੍ਹ, ਪੜ੍ਹਿਆ ਲਿਖਿਆ ਨਹੀਂ, ਮੂਰਖ। ਲੋਕੀ ਸੋ ਸੋ ਗੱਲਾਂ ਕਰਦੇ ਨੇ, ਧਰਮ ਨਾਲ ਜੀ ਕਰਦਾ ਧਰਤੀ ਚ ਨਿਗਰ ਜਾਈਏ ਕਿ ਪਿਤਾ ਨੇ ਕਿਸੇ ਪਾਸੇ ਜੋਗਾ ਨਹੀਂ ਛੱਡਿਆ। ਇਹ ਕਹਾਣੀ ਦਾ ਸਿਖਰ ਹੈ ਜਦੋਂ ਅਮਰੀਕ ਸੋਚ ਰਿਹਾ, ਜਦੋਂ ਉਹਨੂੰ ਪਤਾ ਚੱਲਦਾ ਕਿ ਸਾਡਾ ਪਿਤਾ ਕਿਉਂ ਨੀ ਸਿਆਣਾ ਨਿਕਲਿਆ, ਕਿਉਂ ਆਰਥਿਕ ਪਰੇਸ਼ਾਨੀਆਂ ਵਿੱਚ ਘੇਰ ਕੇ ਸਾਨੂੰ ਚਲਾ ਗਿਆ। ਸਿਰਫ ਕਾਰਨ ਕੀ ਬਣਿਆ? ਉਸਦੇ ਵੈਰ। ਨਮੋਸ਼ੀ ਦੀ ਗੱਲ ਸੁਣਦੇ ਵੱਡੀ ਕੁੜੀ ਬੋਲੀ, ਸੱਚੀ ਭਾਅ ਜੀ, ਅਸੀਂ ਤੇ ਆਪ ਡਰਦੇ ਨੱਸਦੇ ਨਹੀਂ ਸਾਂ ਉਦੋਂ। ਭਾਈਆ ਤੇ ਹੁਣੇ ਸੱਚੀ ਪੁੱਠੇ ਕੰਮੀ ਉੱਤਰ ਆਇਆ ਸੀ। ਹੁਣ ਸਾਰੇ ਕੁੜੀਆਂ ਵੀ ਦੱਸਦੀਆਂ ਨੇ ਕਿ ਅਸੀਂ ਤੁਹਾਡੇ ਡਰਦੇ ਹੋਏ ਦੱਸਦੇ ਨਹੀਂ ਸੀ, ਕਿਉਂਕਿ ਇਹ ਤਾਂ ਬਾਹਰ ਨੌਕਰੀ ਕਰਦਾ ਸੀ, ਸਰਕਾਰੀ ਮੁਲਾਜ਼ਮ ਸੀ, ਇਹ ਤਾਂ 10-15 ਦਿਨਾਂ ਬਾਅਦ ਆਉਂਦਾ ਸੀ। ਕਹਿੰਦਾ, 2-3 ਮਹੀਨੇ ਘਰੋਂ ਪਤੀਲਾ ਚੁੱਕੇ ਚੈਂਚਲ ਕਲੀ ਵਾਲੇ ਕੋਲ ਵੇਚ ਆਏ ਸੀ। ਕਹਿੰਦਾ, ਉਹਨੇ ਤਾਂ ਘਰ ਦੇ ਪਤੀਲੇ ਵੀ ਨੀ ਛੱਡੇ, ਭਾਂਡੇ ਵੀ ਵੇਚਣ ਲੱਗ ਪਿਆ ਸੀ, ਹੁਣ ਨੌਬਤ ਇਹ ਆ ਗਈ ਸੀ। ਹੁਣ ਇਹ ਕੁੜੀਆਂ ਹੋਰ ਦੱਸ ਕੇ ਉਹਨੂੰ ਪਰੇਸ਼ਾਨ ਕਰਦੀਆਂ ਨੇ। ਅਮਰੀਕ ਨੂੰ ਇੱਕ ਧੱਕਾ ਜਿਹਾ ਲੱਗਿਆ। ਉਹ ਸੋਚਿਆ, ਜੇ ਕਿਤੇ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗ ਜਾਂਦਾ ਤਾਂ ਮੈਂ ਕੀ ਮੂੰਹ ਵਿਖਾਉਂਦਾ। ਹੁਣ ਗੱਲ ਆਉਂਦੀ ਹੈ ਕਿ ਜੇ ਉਹ ਅੰਗ ਸੰਗ ਅਸੀਂ ਪ੍ਰਤੀਤ ਕਰਦੇ ਹਾਂ ਤਾਂ ਉਹ ਅੰਗ ਸੰਗ ਨਹੀਂ ਰਿਹਾ ਤਾਂ ਚੰਗੀ ਗੱਲ ਹੈ। ਉਸਦਾ ਪਿਓ ਘਰ ਤੋਂ ਪਿੱਛੋਂ ਲੋਕਾਂ ਦੇ ਭਾਂਡੇ ਵੀ ਚੁੱਕਣੇ ਸ਼ੁਰੂ ਕਰ ਦਿੰਦਾ। ਇਹ ਸਭ ਕੁਝ ਸੋਚਦਿਆਂ ਉਹਨੇ ਨਮੋਸ਼ੀ ਵਿੱਚ ਗਰਕ ਹੁੰਦਾ ਜਾ ਰਿਹਾ ਸੀ, ਅੰਦਰ ਡੁੱਬਦਾ ਜਾ ਰਿਹਾ। ਤੁਸੀਂ ਛੱਡੋ ਉਹਦੀਆਂ ਗੱਲਾਂ, ਉਹ ਤਾਂ ਚੈਂਚਲ ਦੀ ਹੱਟੀ 'ਚ ਵੜ ਕੇ ਕਈ ਵਾਰ ਨਸਵਾਰ ਵੀ ਲੈਂਦਾ ਸੀ, ਨੱਕ ਦੇ ਵਿੱਚ ਨਸਵਾਰ ਚੜਾਉਂਦਾ ਸੀ, ਨਸ਼ੀਲੇ ਪਦਾਰਥਾਂ ਦਾ ਸੇਵਨ ਕਰਦਾ ਸੀ, ਫੀਮ ਦੀ ਥਾਂ ਨਸ਼ੇ ਦੀਆਂ ਗੋਲੀਆਂ ਵੀ ਖਾਂਦਾ ਸੀ, ਇਹ ਹੌਲੀ ਹੌਲੀ ਪਤਾ ਚੱਲਦਾ ਹੈ, ਬੀੜਾ ਜਿਹਾ ਵੀ ਲਾਉਂਦਾ ਸੀ, ਮੀਨਸ ਸਿਗਰਟ। ਮਹਿੰਦਰ ਦੀ ਇਹ ਗੱਲ ਸੁਣ ਕੇ ਅਮਰੀਕ ਨੇ ਸੋਚਿਆ, ਚੰਗਾ ਹੋਇਆ ਉਹਦੇ ਪਿਓ ਦੀਆਂ ਗੱਲਾਂ ਉਹਦੇ ਕੋਲੋਂ ਲੁਕੀਆਂ ਰਹੀਆਂ, ਇੰਜੋ ਸ਼ਰੇਆਮ ਨਹੀਂ ਸੀ ਕਰਦਾ। ਕਹਿੰਦਾ, ਜੇ ਕਿਤੇ ਮੈਨੂੰ ਪਤਾ ਚੱਲ ਜਾਂਦਾ ਤਾਂ ਮੇਰੇ ਤੋਂ ਬਰਦਾਸ਼ਤ ਨਹੀਂ ਸੀ ਹੋਣਾ ਕਿ ਜੇ ਉਹਦਾ ਪਿਓ ਸ਼ਰੇਆਮ ਭਾਂਡੇ ਚੁੱਕਦਾ, ਨਸਵਾਰ ਲੈਂਦਾ, ਗੋਲੀਆਂ ਖਾ ਕੇ ਡਿੱਗਦਾ ਟੈਂਦਾ, ਪਰਿਵਾਰ ਦੀ ਕੋਈ ਇੱਜ਼ਤ ਰਹਿ ਜਾਣੀ ਸੀ। ਅੱਗੇ ਵੱਡੀ ਕੁੜੀ ਦਾ ਸਾਕ ਪਤਾ ਨਹੀਂ ਹੈ ਕਿਉਂ ਟੁੱਟਿਆ, ਟੁੱਟਣ ਦੀ ਨਮੋਸ਼ੀ ਮੇਰੇ ਤੋਂ ਕਿਤੇ ਬਰਦਾਸ਼ਤ ਹੋਈ ਆ, ਉਹੀ ਮੇਰੇ ਅੰਦਰ ਬੜਾ ਵੱਡਾ ਜ਼ਖਮ ਹੈ। ਇਹ ਸਾਰੀਆਂ ਗੱਲਾਂ ਉਹਦੇ ਜਾਣ ਤੋਂ ਬਾਅਦ ਸੋਚੀਆਂ ਜਾ ਰਹੀਆਂ ਅਮਰੀਕ ਵੱਲੋਂ। ਲਾਸਟ ਪੈਰਾ, ਕਿਉਂ ਬੀਬੀ ਠੀਕ ਹੈ ਨਾ ਗੱਲ? ਆਪਣੀ ਮਾਂ ਨੂੰ ਕਹਿੰਦਾ, ਭਰੇ ਪਿੱਤੇ ਨੂੰ ਇਤਰਾਜ਼ ਸੀ ਕਿ ਉਸਦੀ ਮਾਂ ਨੂੰ ਏ ਉਸਨੂੰ ਰੁਪਏ ਕਰੇ ਚੁੱਕਣ, ਜ਼ਮੀਨ ਗਹਿਣੇ ਪਾਉਣ ਤੇ ਪਿਓ ਦੀਆਂ ਵਿਗੜੀਆਂ ਆਦਤਾਂ ਬਾਰੇ ਕਿਉਂ ਨਹੀਂ ਦੱਸਿਆ, ਉਹਨੂੰ ਇਸ ਗੱਲ ਦਾ ਦੁੱਖ ਹੈ, ਕਿਉਂ ਛੁਪਾਈਆਂ? ਠੀਕ ਹੈ, ਹੋਰ ਝੂਠ ਥੋੜਾ ਹੈ। ਸਭ ਤੋਂ ਛੋਟੀ ਕੁੜੀ ਬੋਲ ਪਈ, ਸਭ ਤੋਂ ਛੋਟੀ ਕੁੜੀ ਵੀ ਬੋਲ ਪਈ ਜਿਹੜੀ 7ਵੀਂ ਜਮਾਤ 'ਚ ਪੜ੍ਹਦੀ ਹੈ, ਕਿ ਆਪਣੇ ਵੀਰ ਨੂੰ ਕਹਿੰਦੀ ਹੈ ਕਿ ਸਭ ਕੁਝ ਠੀਕ ਤਾਂ ਹੈ, ਇਸੇ ਹਿਸਾਬ ਨਾਲ ਤਾਂ ਜਿਹੜੀ 2 ਕਿੱਲੇ ਪਹਿਲੀ ਬੱਚੀ ਹੈ ਨਾ, ਜੇ ਉਹ ਜਿਉਂਦਾ ਰਹਿੰਦਾ ਉਹ ਵੀ ਗਹਿਣੇ ਪੈ ਜਾਣੀ ਸੀ, ਪਿੱਛੇ ਰਹਿ ਜਾਣਾ ਸੀ। ਗੱਲ ਅਮਰੀਕ ਦੇ ਮੂੰਹ 'ਚ ਸੀ, ਮਹਿੰਦਰ ਹੀ ਬੋਲ ਪਿਆ, ਠੁਣ ਠੁਣ ਗੋਪਾਲ। ਇਹ ਤਾਂ ਕਹਾਣੀ ਵਿੱਚ ਇੰਟਰਸਟ ਪੈਦਾ ਕਰਨ ਲਈ, ਰੁਝਾਨ ਪੈਦਾ ਕਰਨ ਲਈ। ਮਹਿੰਦਰ ਗਰ ਕਰਕੇ ਫਿੱਕਾ ਜਿਹਾ ਹੱਸਿਆ, ਉਸਦੇ ਹਾਸੇ ਵਿੱਚ ਨਾ ਖੁਸ਼ੀ ਨਾ ਕੋਈ ਦਰਦ, ਅਜੀਬ ਤਰ੍ਹਾਂ ਦਾ ਇੱਕ ਬੇਰੰਗ ਜਿਹਾ ਹਾਸਾ। ਹਨੇਰੇ ਵਿੱਚ ਹੀ ਪਰਿਵਾਰ ਦੇ ਹੋਰ ਇੱਕ ਦੋ ਜੀ ਹੌਲੀ ਜਿਹੇ ਹੱਸੇ। ਇੰਜ ਲੱਗਦਾ ਸੀ ਜਿਵੇਂ ਮਹਿੰਦਰ ਦੀ ਆਖੀ ਗੱਲ ਵਿੱਚ ਸਾਰਿਆਂ ਦੀ ਸਰਬਸੰਮਤੀ ਹੋਵੇ, ਪ੍ਰਵਾਨ ਕਰ ਲਈ। ਘਰ ਦੇ ਸਾਈਂ ਦੇ ਵਿਹਲੇ ਸਿਰ ਤੁਰ ਜਾਣ ਤੇ ਜਿਵੇਂ ਉਹ ਸੁਰਖਰੂ ਹੋ ਗਏ। ਜੇ ਘਰ ਦਾ ਸਾਈਂ ਚਲਾ ਗਿਆ ਤਾਂ ਉਹਨਾਂ ਨੂੰ ਲੱਗਿਆ ਕਿ ਚੰਗਾ, ਅਸੀਂ ਹੋਰ ਪਰਿਵਾਰਿਕ ਪਰੇਸ਼ਾਨੀਆਂ ਤੋਂ ਮੁਕਤ ਹੋ ਗਏ ਹਾਂ। ਜੇ ਕਿਤੇ ਉਹ ਸਾਡੇ ਅੰਗ ਸੰਗ ਅਜੇ ਵੀ ਰਹਿੰਦਾ ਤਾਂ ਪਤਾ ਨੀ ਅਸੀਂ ਕਿੱਥੇ, ਘਰ ਦਾ ਬਾਹਰ ਹੀ ਆ ਜਾਣਾ ਸੀ, ਘਰ ਵੀ ਨਹੀਂ ਸੀ ਰਹਿਣਾ, ਸਾਡਾ ਥਾਂ ਟਿਕਾਣਾ ਵੀ ਨਹੀਂ ਸੀ ਰਹਿਣਾ। ਇਹ ਕਹਾਣੀ ਹੈ ਅੰਗ ਸੰਗ
एक करतार जो कि इस कहानी का मुख पात्र है, दूजे पासे कहानी का मुख पात्र है कौन बेटे, अमरीक, जिसके राही उसके पिता दियां सारियां करतूतां सामने आउंदियां ने। ठीक है बच्चे, क्लियर है। हुण आपां करिए वन मार्क क्वेश्चंस, वन मार्क ते टू मार्क्स क्वेश्चन जिहड़े एक्स्ट्रा ने। यस, आपां बैक एक्सरसाइज क्वेश्चन कर ले। बैक एक्सरसाइज क्वेश्चन च टू क्वेश्चन रह गए है, वह नोट कर लो। वह पौना किला तो पिछले साल का कहना ही कर दिता हुआ। जगीर कौर ने यह शब्द क्यों कहे? हाँ जी, हुणी हुणी आपां रीडिंग कीती है बेटे, ये तो आंसर तुहानूं पता है। कौन दसेगा एक कदों उलझन खुलती है कि पौना किला तो उन्हें पिछले साल ही गहने रख दिता सी? जदों अंग संग कहानी वेच, जदों अमरीक अपनी जिम्मेवारी नूं समझदा होया, अपनी हुण ड्यूटी ते जाण लई तैयार होया है, तां उह महिंदर नूं समझाउंदा है कि बचिया होया जिहड़ा पौना किला ना, उत्थे तूं पट्ठे बीजने हन, तां आपां जिहड़ी झोना बीजांगे, फिर आपां वाही करांगे तां साडा काम चलेगा। तां उसे वेले मां जगीर कौर इह शब्द आखदी है कि वह पौना किला तो पिछले साल ही गहने रख दिता सी। क्यों रख दिता सी? क्योंकि जड़ी कुड़ी है, दूजी कुड़ी है, उहदी सस पूरी हो गई सी, उहदे इकट्ठ ते पैसे लगने सन। लास्ट क्वेश्चन है, अमरीक सिंह अपने घर दिया ना किस गल का इतराज सी? हुणे आपां लास्ट पैरे च पढ़िया बेटे, कौन दसेगा किस गल का इतराज है? यस बेटे, माधव बोलेगा किस गल का इतराज सीगा अमरीक नूं? यस बेटे, किस गलों इतराज का मतलब है, गिला किस गलों से? अंग संग कहानी का जिहड़ा एक होर महत्वपूर्ण ते मुख पात्र अमरीक है, वह अपने घरदियां दे नाल करतार अपने प्यो दे जान तो बाद इस गल ते भी उसका गिला है, इतराज है कि घरदियां ने उसके कोलों बहुत सारिया गल्लां छुपाइया, आर्थिकता संबंधी, आर्थिक मदहाली संबंधी गल्लां क्यों छुपा के रखिया? कि अजिहा उस समय पता लगता जदों करतार की मौत तो मगरों अमरीक नूं जदों पता लगता कि उसका पिता किन्ने कर्जिया विच फसिया होया, किन्नी उन्हें जमीन गहने धरी है, तो उसनूं लगता है जे किते मैनूं समय सिर पता लग जांदा तां किन्नी नमोशी होनी सी। पर उसनूं इस गल का इतराज भी है कि जे किते मैनूं मेरी माँ ये सारिया गल्लां ना लुकाउंदी तां मैं शायद अपने पिता नूं इन्हां गल्लां तों इन्हां कम्मां तों रोक भी सकदा सी। इह गल्लां करके उसनूं अपने घरदियां नाल इतराज है। हुण आपां गल करिए जिहड़े एक्सट्रा क्वेश्चन ने, वह नोट कर लो, तुसीं अपने आप लिखने हन। अमरीक कौन सी, वह की करदा सी, मीनस अमरीक का करैक्टर स्कैच, करतार का चरित्र चित्रण। यस, एक्सट्रा क्वेश्चन नोट करो, करतार का चरित्र चित्रण, करतार का करैक्टर स्कैच, कि करतार क्यों जा निकलिया, करतार कौन सी मुख पात्र है अंग संग कहानी का, अत दर्जे का शराबी, नशेबाज, अफीमची, जमीन नू गहने धरन वाला, चिट्टे कपड़े पाके बन ठन के लोकां दियां ढाणियां विच घूमण वाला, उसने शुगल पाले हुए सन, बहुत सारे शुगल किहड़े पाले हुए सन, शिकारी कुत्ते रखे हुए सन, खेडां खेडण ते महफलां दे विच समां नष्ट करदा सी, और अपने बाहरों आए बार जिहड़ा पिता है सिंगापुर तो कमाई जिहड़ी प्यो दी आंदी सी उहदे सिर ते ऐश करदा सी। अजिही ऐश कारण उसने अपने परिवार नूं आर्थिक संकट विच पा रख्या सी। अपने परिवार लई उसने आर्थिक संकट खड़े किते हुए सन, जिस करके उसके परिवार दे जी उसनूं अंग संग समझण दी थां ਇਹ ਕਹਾਣੀ ਦੇ ਅੰਤ ਵਿੱਚ ਸੋਚਦੇ ਨੇ ਕਿ ਚੰਗਾ ਹੋਇਆ ਕਿ ਉਹ ਵੇਲੇ ਸਿਰ ਇਸ ਦੁਨੀਆਂ ਤੋਂ ਚਲਾ ਗਿਆ, ਕਿ ਅਸੀਂ ਆਰਥਿਕ ਸੰਕਟਾਂ ਤੋਂ ਸੁਰਖਰੂ ਤਾਂ ਹੋਏ। ਕਲੀਅਰ ਹੈ, ਇਹ ਹੈ ਕਰਤਾਰ ਦਾ ਕਰੈਕਟਰ ਸਕੈਚ। ਅਮਰੀਕ ਕੀ ਸੀ? ਅਮਰੀਕ ਵੀ ਇਸ ਕਹਾਣੀ ਦਾ ਮੁੱਖ ਤੇ ਮਹੱਤਵਪੂਰਨ ਪਾਤਰ ਹੈ, ਜੋ ਕਿ ਕਰਤਾਰ ਦਾ ਵੱਡਾ ਪੁੱਤਰ ਹੈ, ਜੋ ਕਿ ਸਰਕਾਰੀ ਮੁਲਾਜ਼ਮ ਹੈ, ਜੋ ਕਿ ਬਚਪਨ ਵਿੱਚ ਆਪਣੇ ਸਿਆਣੇ ਪਿਤਾ ਦੀ ਕਲਪਨਾ ਕਰਨ ਵਾਲਾ ਹੈ। पर जदों पिता की मौत तो बाद वड्डा पुत्तर होण दे नाते उसके उपर सारी जिम्मेवारी आ जाती है, तो वह अंदरों अंदर ही जदों उसनूं अपने पिता दे लए कर्जियां दा ते गहने पईआं जमीनां दा पता चलता है, तो अंदरों अंदर ही बहुत ही
ਖਿਜਿਆ ਹੋਇਆ ਗੁੱਸੇ ਵਿੱਚ ਮਹਿਸੂਸ ਕਰਦਾ ਹੈ ਕਿ ਉਸਦੇ ਪਿਤਾ ਨੇ ਅਜਿਹਾ ਸਭ ਕੁਝ ਕਿਉਂ ਕੀਤਾ। ਫਿਰ ਉਹ ਆਪਣੇ ਆਪ ਨੂੰ ਤਸੱਲੀ ਦਿੰਦਾ ਹੈ ਕਿ ਚਲੋ ਹਜੇ ਵੀ ਵੇਲੇ ਸਿਰ ਉਸਦਾ ਪਿਤਾ ਇਸ ਦੁਨੀਆਂ ਤੋਂ ਚਲਾ ਗਿਆ ਤੇ ਹੁਣ ਉਹ ਆਪੇ ਹੀ ਸਾਰੀਆਂ ਜ਼ਿੰਮੇਵਾਰੀਆਂ ਬੜੇ ਸਲੀਕੇ ਨਾਲ ਨਿਭਾਏਗਾ। ਆਪਣੇ ਛੋਟੇ ਭਰਾ ਨੂੰ ਵੀ ਸੈਟਲ ਕਰੇਗਾ, ਛੋਟੀ ਭੈਣ ਨੂੰ ਪੜ੍ਹਾਈ ਲਿਖਾਏਗਾ ਔਰ ਵੱਡੀਆਂ ਭੈਣਾਂ ਦੇ ਕਾਰਜਾਂ ਵਿੱਚ ਵੀ ਵੱਧ ਚੜ ਕੇ ਹਿੱਸਾ ਲਏਗਾ ਔਰ ਮਾਂ ਦੇ ਦੁੱਖ ਸੁੱਖ ਵਿੱਚ ਵੀ ਪੂਰਾ ਸਾਂਝੀਵਾਲ ਬਣੇਗਾ। ਕਲੀਅਰ ਹੈ ਬੇਟੇ? ਅਗਲਾ ਐਕਸਟਰਾ ਕੁਸ਼ਚਨ ਹੈ, ਮਹਿੰਦਰ ਕੀ ਕਰਦਾ ਸੀ? ਇਹ 2-3 ਲਾਈਨ 'ਚ ਦੇਣਾ। ਮਹਿੰਦਰ ਜੋ ਕਿ ਅਨਸੰਗ ਕਹਾਣੀ ਦੇ ਵਿੱਚ ਅਮਰੀਕ ਦਾ ਛੋਟਾ ਭਰਾ ਹੈ ਤੇ ਕਰਤਾਰ ਦਾ ਛੋਟਾ ਪੁੱਤਰ ਹੈ, ਬਹੁਤਾ ਸਾਊ ਨਹੀਂ ਹੈ। ਉਹਦਾ ਕੰਮ ਕੀ ਹੈ? ਵਿਹਲੇ ਫਿਰਨਾ, ਹਜ਼ਾਰੇ ਟੂੰਡੇ ਦੇ ਕੋਠੇ ਤੇ ਚੜ ਕੇ ਕਬੂਤਰਾਂ ਨੂੰ ਅਸਮਾਨ ਵੇ ਉੱਡਦੇ ਹੋਏ ਦੇਖਣਾ। ਉਹਨੂੰ ਪਤਾ ਹੀ ਨਹੀਂ ਹੈ ਕਿ ਉਸਨੇ ਕੀ ਕਰਨਾ ਹੈ। ਉਹ ਆਪਣੇ ਪਿਤਾ ਦੇ ਹੁੰਦੇ ਹੋਏ ਵੀ ਪਿਤਾ ਦੀ ਕੋਈ ਗੱਲ ਨਹੀਂ ਸੀ ਮੰਨਦਾ। ਕਲੀਅਰ ਹੈ ਬੇਟੇ? ਸਮਝ ਆ ਗਈ? ਅਗਲਾ ਕੁਸ਼ਚਨ ਹੈ, ਕਰਤਾਰ ਸਿੰਘ ਆਪਣੇ ਪਿਤਾ ਦੇ ਭੇਜੇ ਪੈਸਿਆਂ ਦਾ ਕੀ ਕਰਦਾ ਸੀ? ਉਹ ਤਾਂ ਤੁਸੀਂ ਰੀਡ ਕੀਤਾ ਕਿ ਐਸ਼ ਕਰਦਾ ਸੀ, ਗੁਲਸ਼ਰੇ ਉਡਾਉਂਦਾ ਸੀ, ਨਸ਼ੇ ਕਰਦਾ ਸੀ, ਅਫੀਮ ਖਾਂਦਾ ਸੀ, ਪਿੰਡਾਂ ਦੀਆਂ ਢਾਣੀਆਂ ਵਿੱਚ ਘੁੰਮਦਾ ਫਿਰਦਾ ਸੀ, ਉਸਨੇ ਬਹੁਤ ਸਾਰੇ ਸ਼ੁਗਲ ਪਾਲੇ ਹੋਏ ਸਨ। ਅਮਰੀਕ ਦੀ ਮਾਂ ਡੁੱਬ ਕੇ ਮਰਨ ਲਈ ਕਿਉਂ ਆਖਦੀ ਹੈ? ਆਪਣੇ ਪਤੀ ਦੇ ਵਿਵਹਾਰ ਤੋਂ ਦੁਖੀ ਹੋ ਕੇ, ਜਿਸ ਤੋਂ ਉਸਦਾ ਪਤੀ ਕਰਤਾਰ ਆਪਣੀ ਭੈਣ ਦੇ ਵਿਆਹ ਦੀ ਭੈਣ ਦੀਆਂ ਕੁੜੀਆਂ ਦੇ ਵਿਆਹ ਲਈ ਟੁੰਮਾ ਮੰਗਦਾ ਤੇ ਉਹ ਦੇਣ ਤੋਂ ਇਨਕਾਰ ਕਰਦੀ ਹੈ ਤੇ ਉਹਨੂੰ ਥਾਪੀ ਨਾਲ ਕੁੱਟਦਾ ਤਾਂ ਦੁਖੀ ਹੋਈ ਕਹਿੰਦੀ ਹੈ ਕਿ ਹੁਣ ਉਸਨੇ ਨਹੀਂ ਜਿਨਾ, ਹੁਣ ਉਹ ਬਹੁਤ ਦੁਖੀ ਹੋ ਚੁੱਕੀ ਹੈ ਤੇ ਹੁਣ ਉਸਨੇ ਹਰੀ ਕੇ ਦਰਿਆ ਵਿੱਚ ਡੁੱਬ ਕੇ ਮਰ ਜਾਣਾ ਹੈ। ਕਲੀਅਰ ਹੈ ਬੇਟੇ? ਅਗਲਾ ਕੁਸ਼ਚਨ ਹੈ ਐਕਸਟਰਾ, ਨੋਟ ਕਰੋ। ਅਮਰੀਕ ਦੀਆਂ ਭੂਆ ਦੀਆਂ ਕੁੜੀਆਂ ਦੇ ਵਿਆਹ ਕਿਵੇਂ ਨਜਿੱਠੇ ਗਏ? ਜਦੋਂ ਕੁੜੀਆਂ ਦਾ ਵਿਆਹ ਆਇਆ, ਅਮਰੀਕ ਦੀਆਂ ਭੂਆ ਦੀਆਂ ਕੁੜੀਆਂ ਦਾ, ਮੀਨਸ ਕਰਤਾਰ ਦੀਆਂ ਭੈਣਾਂ ਦੀਆਂ, ਤੇ ਕਰਤਾਰ ਤਾਂ ਜਿਹੜਾ ਇੱਕੋ ਇੱਕ ਭਰਾ ਸੀ ਉਹਨੂੰ ਬੰਨ ਠਣ ਕੇ ਆਉਣ ਲਈ ਕਿਹਾ, ਪਰ ਉਹਨੂੰ ਚਿੰਤਾ ਪੈ ਗਈ ਹੈ, ਅੰਦਰੋਂ ਅੰਦਰੀ ਗੁੱਸੇ ਵਿੱਚ ਹੈ। ਪੈਸੇ ਦਾ ਪ੍ਰਬੰਧ ਕਿੱਥੋਂ ਹੋਣਾ? ਪੈਸਾ ਤਾਂ ਸਾਰਾ ਨਸ਼ਿਆਂ ਵਿੱਚ ਰੋੜ ਦਿੰਦਾ। ਉਹਦੇ ਲਈ ਉਹਨੇ 2 ਕਿੱਲੇ ਪਹਿਲੀ ਅਗਹਿਣੀ ਧਰ ਦਿੱਤੀ, ਫਿਰ ਆਪਣੀ ਪਤਨੀ ਤੋਂ ਇਸੇ ਨਾਲ ਹੀ ਟੁੰਮਾਂ ਮੰਗੀਆਂ। ਅਜਿਹਾ ਸਭ ਕੁਛ ਕਰਕੇ ਮਾਮਾ ਹੋਣ ਦੇ ਨਾਤੇ ਉਹਨੇ ਇਸ ਜ਼ਿੰਮੇਵਾਰੀ ਨੂੰ ਬਖੂਬੀ ਨਿਭਾਇਆ। ਭੈਣ ਦੀਆਂ ਕੁੜੀਆਂ ਦੇ ਵਿਆਹ ਨਜਿੱਠੇ ਨੇ, ਵੱਡੀ ਕੁੜੀ ਦਾ ਸਾਕ ਕਿਉਂ ਛੁੱਟ ਗਿਆ ਸੀ? ਵੱਡੀ ਕੁੜੀ ਦਾ ਨਾਮ ਹੈ ਬੰਸੋ, ਕਰਤਾਰ ਦੀ ਵੱਡੀ ਕੁੜੀ ਬੰਸੋ। ਜਦੋਂ ਉਸਦਾ ਰਿਸ਼ਤਾ ਆਇਆ ਚੰਗੇ ਘਰੋਂ, ਤਾਂ ਮੁੰਡੇ ਵਾਲਿਆਂ ਨੇ ਇਹ ਕਹਿ ਕੇ ਸਾਕ ਛੱਡ ਦਿੱਤਾ ਕਿ ਕੁੜੀ ਦਾ ਪਿਓ ਕੀ ਹੈ? ਅਮਲੀ ਹੈ। ਇਸਦੇ ਘਰ ਤਾਂ ਭੰਗ ਪੁੱਜਦੀ ਹੈ, ਸਾਰਾ ਪਰਿਵਾਰ ਆਰਥਿਕ ਸੰਕਟ ਵਿੱਚ ਘਿਰਿਆ ਹੋਇਆ, ਅਸੀਂ ਇਸ ਘਰ ਦੀ ਕੁੜੀ ਨਹੀਂ ਲੈਣੀ। ਅਮਰੀਕ ਦੇ ਪਿਓ ਨੂੰ ਪਿੰਡ ਦੇ ਸਿਆਣੇ ਬਜ਼ੁਰਗ ਹੱਸਿਆਂ ਕੀ ਕਿਹਾ ਕਰਦੇ ਸਨ ਅਮਰੀਕ ਦੇ ਪਿਓ ਕਰਤਾਰ ਨੂੰ ਜਦੋਂ ਉਹ ਐਸ਼ ਕਰਦਾ ਸੀ? ਕੀ ਕਹਿੰਦੇ ਸੀ? ਤੂੰ ਬੜਾ ਐਸ਼ ਪ੍ਰਸਤੀ ਵਾਲਾ ਜੀਵਨ ਗੁਜ਼ਾਰ ਰਿਹਾ ਨਾ ਆਪਣੇ ਪਿਓ ਦੇ ਸਿਰ ਤੇ। ਪਿੰਡ ਦੇ ਬਜ਼ੁਰਗ ਨੇ ਹੱਸਦਿਆਂ ਕਿਹਾ ਸੀ, ਪੁੱਤਰਾ ਤੈਨੂੰ ਗੱਲਾਂ ਆਉਂਦੀਆਂ ਨੇ, ਜਦੋਂ ਤੇਰੇ ਸਿੰਘਾਂ ਤੇ ਪਏਗੀ ਨਾ ਤਾਂ ਤੈਨੂੰ ਪਤਾ ਚੱਲੇਗਾ, ਕਿਉਂਕਿ ਤੂੰ ਤਾਂ ਹੁਣ ਆਪਣੇ ਬਾਹਰੋਂ ਆਈ ਕਮਾਈ, ਸਿੰਘਾਪੁਰ ਤੋਂ ਆਉਂਦੀ ਕਮਾਈ ਦੇ ਨਾਲ ਐਸ਼ ਕਰੀ ਜਾਂਦਾ। ਅੱਗੇ ਹੈ ਕਿਹੜੇ ਕਿਹੜੇ ਸ਼ੁਗਲ ਪਾਲੇ ਹੋਏ ਸਨ, ਉਹ ਆਪਾਂ ਆਲਰੇਡੀ ਡਿਸਕਸ ਕਰ ਲਿਆ ਹੋਇਆ ਕਿ ਉਹਨੇ ਬਹੁਤ ਸਾਰੇ ਸ਼ੁਗਲ ਪਾਲੇ ਹੋਏ ਸਨ। ਕਿਸਦੇ ਸਿਰ ਤੇ? ਆਪਣੇ ਪਿਤਾ ਦੀ ਕਮਾਈ ਦੇ ਸਿਰ ਤੇ। ਇਹ ਸਾਰੇ ਐਕਸਟਰਾ ਕੁਸ਼ਚਨ ਤੁਸੀਂ ਕੰਪਲੀਟ ਕਰ ਲੈਣੇ ਆ ਬੇਟੇ। ਤੇ ਹੁਣ ਆਪਾਂ ਸਟਾਰਟ ਕਰਨਾ ਹੈ ਇਕਾਂਗੀ ਦੂਜਾ ਵਿਆਹ। ਦੂਜਾ ਵਿਆਹ ਦਾ ਕੀ ਮਤਲਬ ਹੈ? ਦੂਸਰੀ ਮੈਰਿਜ। ਇਹ ਇਕਾਂਗੀ ਸੰਤ ਸਿੰਘ ਸੇਖੋਂ ਦਾ ਲਿਖਿਆ ਹੋਇਆ। ਪਹਿਲਾਂ ਇਕਾਂਗੀਕਾਰ ਬਾਰੇ ਅੱਜ ਸਮਝ ਲਈਏ। ਇਕਾਂਗੀਕਾਰ ਸੰਤ ਸਿੰਘ ਸੇਖੋਂ ਕਿਉਂ ਜਾਂ ਇਕਾਂਗੀਕਾਰ ਹੋਇਆ, ਉਸਨੇ ਇਹ ਇਕਾਂਗੀ ਕਿਸ ਮਕਸਦ ਨਾਲ ਲਿਖਿਆ? ਯੈਸ, ਸੰਤ ਸਿੰਘ ਸੇਖੋਂ ਪੰਜਾਬੀ ਦਾ ਇੱਕ ਪ੍ਰਸਿੱਧ ਨਾਟਕਕਾਰ ਹੋਇਆ। ਇਕਾਂਗੀ ਹੁੰਦਾ ਕੀ ਹੈ? ਆਪਾਂ ਜ਼ਫ਼ਰਨਾਮਾ ਇਕਾਂਗੀ ਜਦੋਂ ਪੜ੍ਹਿਆ ਸੀ ਉਦੋਂ ਇਕਾਂਗੀ ਦੇ ਬਾਰੇ ਸਮਝਿਆ ਸੀ। ਇਹ ਜ਼ਿੰਦਗੀ ਦੀ ਲਾਈ ਹੋਈ ਨਕਲ ਹੈ, ਜ਼ਿੰਦਗੀ ਦਾ ਉਤਾਰਾ ਹੈ। ਜੋ ਜ਼ਿੰਦਗੀ ਵਿੱਚ ਵਾਪਰਦਾ ਹੈ ਉਹਨੂੰ ਕੁਝ ਜਿਉਂਦੇ ਜਾਗਦੇ ਪਾਤਰਾਂ ਦੇ ਰਾਹੀਂ ਰੰਗ ਮੰਚ ਤੇ ਸਟੇਜ ਤੇ ਖੇਡਿਆ ਜਾਂਦਾ ਹੈ ਤੇ ਜਿਹੜੇ ਦਰਸ਼ਕ ਦੇਖਦੇ ਨੇ, ਪਾਠਕ ਪੜ੍ਹਨ ਵਾਲੇ ਹੁੰਦੇ ਨੇ, ਦਰਸ਼ਕ ਦੇਖਣ ਵਾਲੇ ਹੁੰਦੇ ਨੇ, ਸਰੋਤੇ ਸੁਣਨ ਵਾਲੇ। ਜਦੋਂ ਦਰਸ਼ਕ ਦੇਖਦੇ ਨੇ, ਕੋਈ ਆਪਾਂ ਸੀਰੀਅਲ ਦੇਖਦੇ ਹਾਂ ਨਾ ਟੀਵੀ ਤੇ, ਤਾਂ ਇੱਦਾਂ ਲੱਗਦਾ ਹੈ ਕਿ ਸਭ ਕੁਛ ਸਾਡੇ ਸਾਹਮਣੇ ਲਾਈਵ ਹੀ ਹੋ ਰਿਹਾ। ਕਿਸੇ ਕਰੈਕਟਰ ਨਾਲ ਸਾਡੀ ਸਿਮਤੀ ਹੁੰਦੀ, ਕਿਸੇ ਤੇ ਸਾਨੂੰ ਖਿੱਚ ਆਉਂਦੀ ਹੈ, ਜਿਹੜਾ ਵਿਲੀਅਮ ਹੁੰਦਾ ਉਹਦੇ ਤੇ ਗੁੱਸਾ ਵੀ ਆਉਂਦਾ ਜਦੋਂ ਕੋਈ ਮੂਵੀ ਦੇਖਦੇ ਹਾਂ। ਇਹ ਜ਼ਿੰਦਗੀ ਇੱਕ ਨਾਟਕ ਹੈ, ਠੀਕ ਹੈ? ਤੇ ਜਿਹੜੇ ਨਾਟਕ ਆਪਾਂ ਕਿਤਾਬਾਂ ਚ ਪੜ੍ਹਦੇ ਹਾਂ ਉਹ ਨਾਟਕ ਜ਼ਿੰਦਗੀ ਦੀਆਂ ਵਾਪਰੀਆਂ ਹੋਈਆਂ ਘਟਨਾਵਾਂ ਨੂੰ ਹੀ
एक लड़ीवार परो के कुछ पात्रां दे राही पेश किता होया। संत सिंह सेखो पंजाबी दा प्रसिद्ध नाटककार कहानीकार होया जिसका जन्म होया पाकिस्तान वेच, जिसके पिता का नाम हुकम सिंह है, माता का नाम श्रीमती प्रेम कौर है। उसके दादका पिंड होने दाखा लुधियाना विखे। संत सिंह सेखों ने अंग्रेजी विच अर्थशास्त्र मीन्स इकनोमिक्स के विच एम ए पास की है। उसने अध्यापन का किता चुनिया, अध्यापक का किता, विभिन्न भिन्न कॉलेजों के विच उसने अध्यापन की जड़ी है वह ड्यूटी निभाई है। क्लीयर है। संत सिंह सेखों ने नाटक लिखे ने, उसकी साहित्य नू देन नाटककार करके ते कहानीकार करके है। ते दूजा व्याह इकांगी च पढ़ांगे कि इस कहानी की, इस इकांगी की मुख पात्र मनजीत भी है, निहाल कौर है, सुखदेव है। तीन पात्रां नू लैके ये इकांगी है जिहड़ा वह अगे तुरदा है, नेपरे चढ़दा है। ते इसका प्लॉट की है, इसका सरलेख ढुकवा है जां नहीं, ये सब कुछ आपां कल दी क्लास च डिस्कस करांगे बेटे। ठीक है बच्चे, हुण तुसीं कहानी अंगसंग दे क्वेश्चन आंसर कंप्लीट कर लैने। ठीक है बच्चे, अंगसंग कहानी दे एक्स्ट्रा क्वेश्चन, बैक एक्सरसाइज क्वेश्चन कंप्लीट करने हैं। ठीक है बच्चे, और जड़े पहला क्वेश्चन किते हुए है, प्रार्थना ले और तू मेरा पिता तू है मेरा माता, और एक रचना होर कीती है आपां गुरु अर्जन भाई गुरदास जी की, सतगुरु नानक प्रगटिया, वो नोटबुक तुसी मैनू पीडीएफ फॉर्म में सेंड भी करनी है चैकिंग के लिए। थैंक यू सो मच।